हाँ जी दोस्तों, की हाल चाल है ਤੁਹਾਡਾ ਸਾਰਿਆਂ ਦਾ। ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਵਾਟਰ ਕਲਰ ਦੇ ਨਾਲ ਇੱਕ ਪੇਂਟਿੰਗ ਬਣਾਉਣ ਜਾ ਰਿਹਾ ਹਾਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਛੋਟੇ ਸਾਹਿਬਜ਼ਾਦੇ ਜਿਹੜੇ ਉਹਨਾਂ ਦਾ ਸ਼ਹੀਦੀ ਦਿਵਸ ਆ ਰਿਹਾ ਹੈ 26 ਦਸੰਬਰ ਨੂੰ, ਤੇ ਮੈਂ ਸੋਚਿਆ ਕਿ ਇੱਕ ਪੇਂਟਿੰਗ ਬਣਾਵਾਂ। ਇੱਕ ਔਨਲਾਈਨ ਇੰਸਟਾਗ੍ਰਾਮ 'ਤੇ ਫੋਟੋ ਦੇਖੀ ਸੀਗੀ, ਸੋ ਇਹ ਫੋਟੋ ਸਭ ਤੋਂ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਆ, ਤੇ ਮੈਂ ਉਹਨਾਂ ਦਾ ਇੱਕ ਪੇਂਟਿੰਗ ਵਾਟਰ ਕਲਰ ਦੇ ਨਾਲ ਮੈਂ ਹੁਣ ਬਣਾਉਣ ਲੱਗਾ ਹਾਂ, ਅਤੇ ਇਹਦੀ ਨਾਲ ਨਾਲ ਰਿਕਾਰਡਿੰਗ ਕਰਾਂਗਾ ਫੁੱਲ। ਸੋ ਦੇਖਦੇ ਹਾਂ ਕਿੱਦਾਂ ਦੀ ਆਉਟਪੁੱਟ ਆਉਂਦੀ ਹੈ ਪੇਂਟਿੰਗ ਦੀ, ਅਤੇ ਆਈ ਹੋਪ ਵਧੀਆ ਬਣੇ ਸਕੈਚ, ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੰਸਟਾਗ੍ਰਾਮ 'ਤੇ ਵੀ ਪੋਸਟ ਕਰਾਂਗੇ। ਸੋ ਹੁਣ ਬਿਨਾਂ ਟਾਈਮ ਵੇਸਟ ਕੀਤੇ ਮੈਂ ਵਾਟਰ ਕਲਰ ਦੇ ਨਾਲ ਕਰਦਾ ਹਾਂ ਇਹਦੇ ਉੱਤੇ ਪੇਂਟ ਕਰਨਾ ਸ਼ੁਰੂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਏ ਨਾਨਕ ਲਿਖਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਏ ਜਾਈ ਚੱਲਣਾ ਨਾਨਕ ਲਿਖਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਏ ਜਾਈ ਚੱਲਣਾ ਨਾਨਕ ਲਿਖਿਆ
एक ओंकार सतनाम करता पुरख निरभौ निर्वैर अकाल मूरत अजूनि सैभम गुर प्रसाद जप आदि सच जुगाद सच है भी सच नानक हो से भी सच सोचे सोच न हो वही जे सोची लखवार चुप्पे चुप न हो वही जे लाए रहा लवतार पुखिया पुख न उतरी जे बन्ना पुरिया पार सह स्याण पालक हो हे ता इक न चले नाल किव सचियारा होइए किव कूड़े तुटे पाल हुक्म रजाई चलना नानक लिखिया गाइस पेंटिंग हो गई अपनी कंप्लीट सो तुहानू किद्दां दी लगी पेंटिंग कमेंट करके जरूर दस्सियो ते इस तरह मिलदे रहांगे अगली वीडियो दे नाल सो थैंक यू सो मच।